पंजाब दे विच अपने आखिरी साहां ते पार्टी श्रोमणी अकाली दल दे प्रधान सुखबीर सिंह बादल ने आखिरकार इकबाल सिंह झुंडा कमेटी दी रिपोर्ट नूं मनदिया होया श्रोमणी अकाली दल दा जथेबंदक ढांचा भंग कर दिता है। पार्टी दे बुलारे मुताबिक कोर कमेटी समेत सारियां कमेटियां भंग कर दित्तियां गईयां ने, जिन्हां दे विच वर्किंग कमेटी सारे अहुदेदार अते होर सारे विंग वी भंग कर दित्ते ने। एक दिन पहला श्रोमणी अकाली दल की कोर कमेटी ने झुंडा कमेटी की रिपोर्ट से विचार चर्चा करके इस नूं प्रवान करदिआं पार्टी के प्रधान सुखबीर सिंह बादल नूं सिफारिशां लागू करन दे अधिकार भी दित्ते सन। कमेटी ने सिफारिश की सी कि पार्टी का जथेबंदक ढांचा भंग करके नवे सिरे तो बनाया जाए, पंथक ते पंजाबी हितां तो इलावा कदरां कीमतां मुताबिक पार्टी विच नवी रूह फूकी जाए। अजिहा करदिआं पार्टी के हेठले पद्धर के वर्करां केडर ते लीडरशिप दीआं भावनावां दा ख्याल रख्या जाए। झुंडा कमेटी ने सिफारिश की सी कि पार्टी विच नवी रूह फूकण लई पार्टी दे जथे ਸੰਬੰਧਕ ਢਾਂਚੇ ਨੂੰ ਨਵੇਂ ਸਿਰੇ ਤੋਂ ਪੁਨਰਗਠਿਤ ਕੀਤਾ ਜਾਵੇ। ਸਿਫਾਰਿਸ਼ਾਂ ਦੇ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ। ਕੋਰ ਕਮੇਟੀ ਨੇ ਫੈਸਲਾ ਲੈਣ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਸੀ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੀ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੇ ਲਈ ਸੀਨੀਅਰ ਅਕਾਲੀ ਲੀਡਰਾਂ ਦੇ ਨਾਲ ਨਾਲ ਵਰਕਰਾਂ ਤੇ ਕੇਡਰ ਨਾਲ ਵੀ ਸਲਾਹ ਮਸ਼ਵਰਾ ਕਰਨਗੇ। ਰਿਪੋਰਟ ਦੇ ਮੁਤਾਬਿਕ ਬਾਦਲ ਵੱਖ ਵੱਖ ਪੰਜਾਬੀ ਤੇ ਪੰਥਕ ਸ਼ਖਸੀਅਤਾਂ ਖਾਸ ਕਰਕੇ ਬੁੱਧੀਜੀਵੀਆਂ ਲੇਖਕਾਂ ਧਾਰਮਿਕ ਤੇ ਸਿਆਸੀ ਬੁਲਾਰਿਆਂ ਰਾਏ ਬਣਾਉਣ ਵਾਲੇ ਕਿਸਾਨਾਂ ਮੁਲਾਜ਼ਮਾਂ ਵਿਦਿਆਰਥੀਆਂ ਅਧਿਆਪਕਾਂ ਵਪਾਰੀਆਂ ਸੁਆਣੀਆਂ ਤੇ ਨੌਜਵਾਨਾਂ ਸਮੇਤ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰੇ ਕਰਨਗੇ। ਝੁੰਡਾ ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਨੌਜਵਾਨਾਂ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਪ੍ਰਤੀਨਿਧਤਾ ਦਿੱਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਕਿਹਾ ਹੈ ਕਿ ਪੰਜਾਬ ਤੇ ਪੰਥ ਦੇ ਹਿੱਤ ਹਮੇਸ਼ਾ ਪਾਰਟੀ ਦੇ ਪੁਨਰਗਠਨ ਵੇਲੇ ਮਾਰਗਦਰਸ਼ਕ ਬਣੇ ਰਹਿਣਗੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਇਕਬਾਲ ਸਿੰਘ ਝੁੰਡਾ ਦਾ ਕਹਿਣਾ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨਾ ਸਵਾਗਤਯੋਗ ਹੈ ਕਿਉਂਕਿ ਫੈਸਲਾ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਹੀ ਲਿਆ ਗਿਆ। ਸੋ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਦੇ ਲਈ ਇਹ ਕਦਮ ਚੁੱਕਿਆ ਹੈ। ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਹੈ, ਸਾਰੇ ਵਿੰਗ ਵਰਕਿੰਗ ਕਮੇਟੀ ਸਮੇਤ ਭੰਗ ਕਰ ਦਿੱਤੇ ਗਏ ਨੇ, ਪਰ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਬਦਲਿਆ ਗਿਆ ਹੈ। ਹਾਲਾਂਕਿ ਪਹਿਲਾਂ ਇਹ ਗੱਲਾਂ ਸਾਹਮਣੇ ਆਈਆਂ ਸਨ ਕਿ ਇੰਨਾ ਲੰਬਾ ਸਮਾਂ ਝੁੰਡਾ ਕਮੇਟੀ ਦੀ ਰਿਪੋਰਟ 'ਤੇ ਜੇ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਉਹਦੇ ਵਿੱਚ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਦੇ ਪ੍ਰਧਾਨ ਨੂੰ ਵੀ ਬਦਲਿਆ ਜਾਵੇ। ਪਰ ਇੱਕ ਦਿਨ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਗੱਲ ਹੀ ਨਹੀਂ ਕੀਤੀ ਗਈ ਹੈ, ਯਾਨੀ ਕਿ ਪਾਰਟੀ ਦੀ ਜਿਹੜੀ ਰਿਪੋਰਟ ਜਿਹੜੀ ਕਮੇਟੀ ਦੀ ਝੁੰਡਾ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹਦੇ ਵਿੱਚੋਂ ਇਸ ਮੱਦ ਨੂੰ ਇਸ ਸਿਫਾਰਿਸ਼ ਨੂੰ ਸ਼ਾਇਦ ਹਟਾ ਦਿੱਤਾ ਗਿਆ ਹੈ। ਤੇ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦੇ ਨਾਲ ਨਾਲ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਗਿਲੇ ਸ਼ਿਕਵੇ ਵੀ ਦੂਰ ਕੀਤੇ ਸਨ। ਚੰਡੀਗੜ੍ਹ ਦੇ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਵੀ ਉਹ ਲਾਂਭੇ ਰਹੇ ਸਨ ਜਿਹੜੀ ਪਰਸੋਂ ਹੋਈ ਸੀ। ਸੁਖਬੀਰ ਬਾਦਲ ਤੇ ਚੰਦੂ ਮਾਜਰਾ ਦਰਮਿਆਨ ਕੱਲ੍ਹ ਬੰਦ ਕਮਰਾ ਬੈਠਕ ਹੋਈ, ਭਾਵੇਂ ਅਧਿਕਾਰਿਤ ਤੌਰ 'ਤੇ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ, ਪਰ ਇੰਨਾ ਪਤਾ ਲੱਗਿਆ ਕਿ ਚੰਦੂ ਮਾਜਰਾ ਦੀ ਨਾਰਾਜ਼ਗੀ ਤੇ ਸ਼ਿਕਵੇ ਦੂਰ ਕਰ ਦਿੱਤੇ ਨੇ ਪ੍ਰਧਾਨ ਸਾਹਿਬ ਨੇ। ਪਟਿਆਲਾ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਹੁਣ ਇੱਕ ਅਜਿਹਾ ਸੂਬਾ ਬਣ ਗਿਆ ਜਿੱਥੇ ਇੱਕ ਨਹੀਂ ਬਲਕਿ ਅੱਧੀ ਦਰਜਨ ਮੁੱਖ ਮੰਤਰੀ ਨੇ। ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ ਦੀ ਪਤਨੀ ਅਤੇ ਭਗਵੰਤ ਮਾਨ ਦੀ ਮਾਤਾ, ਇਹ ਸਾਰੇ ਮੁੱਖ ਮੰਤਰੀ ਨੇ। ਇਹੀ ਕਾਰਨ ਹੈ ਕਿ ਇੰਨੀ ਥਾਂ 'ਤੇ ਪਾਵਰ ਵੰਡੀ ਹੋਈ ਹੈ ਕਿ ਸਰਕਾਰ ਦੀ ਕੋਈ ਇਕਸੁਰਤਾ ਨਾ ਹੋਣ ਕਰਕੇ ਸਰਕਾਰ ਏ ਜੀ ਤੱਕ ਦੇ ਫੈਸਲੇ ਖੁਦ ਨਹੀਂ ਲੈ ਪਾ ਰਹੀ, ਅਤੇ ਜਿਹੜੀ ਸਰਕਾਰ ਏ ਜੀ ਦੇ ਫੈਸਲੇ ਨਹੀਂ ਖੁਦ ਲੈ ਪਾ ਰਹੀ ਉਹ ਪੰਜਾਬ ਦੇ ਹਿੱਤਾਂ ਬਾਰੇ ਫੈਸਲੇ ਕਿਵੇਂ ਲੈ ਸਕਦੀ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪਹਿਲਾ ਮੌਕਾ ਹੈ ਜਦੋਂ ਪੰਜਾਬ ਨੂੰ ਦਿੱਲੀ ਬੈਠੇ ਲੋਕ ਚਲਾ ਰਹੇ ਨੇ।